ये वो स्थान है जिथे महाराज धन धन गुरु गोबिंद सिंह महाराज जी आनंदपुर का किला छड के इस जगह पर आण के पुजे सीगे। तो इत्थे अमृत वेले आसा दी वार का कीर्तन हो रहा सीगा। ये वो सरसा नदी है जिथे महाराज धन धन गुरु गोबिंद सिंह महाराज जी के परिवार का सदीवी विछोड़ा पै गया सीगा। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰੇ ਵੀਰਾਂ ਭੈਣਾਂ ਨੂੰ ਜਿਹੜੇ ਇਹ ਵੀਡੀਓ ਦੇਖਣ ਲਈ ਆਏ ਹੋਏ ਨੇ, ਸੋ ਦੋਸਤੋ ਤੁਸੀਂ ਬਹੁਤ ਕਰਮਾਂ ਵਾਲੇ ਹੋ ਜੋ ਇਸ ਪਵਿੱਤਰ ਸਥਾਨ ਦੇ ਦਰਸ਼ਨ ਕਰ ਰਹੇ ਹੋ। ਇਸ ਗੁਰਦੁਆਰੇ ਦਾ ਨਾਂ ਗੁਰਦੁਆਰਾ ਪਰਿਵਾਰ ਵਿਛੋੜਾ ਹੈ, ਜਿਹੜਾ ਕਿ ਅਨੰਦਪੁਰ ਸਾਹਿਬ ਤੋਂ 14-15 ਕਿਲੋਮੀਟਰ ਦੀ ਦੂਰੀ 'ਤੇ ਹੈ। ਸੋ ਦੋਸਤੋ ਮਹਾਰਾਜ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਪਣੇ ਪਰਿਵਾਰ ਸਮੇਤ ਅਤੇ ਸਿੰਘਾਂ ਸਮੇਤ ਅਨੰਦਪੁਰ ਦਾ ਕਿਲਾ ਛੱਡ ਕੇ ਇਸ ਜਗ੍ਹਾ 'ਤੇ ਆਣ ਕੇ ਪੁੱਜੇ ਸਨ। ਅੰਮ੍ਰਿਤ ਵੇਲੇ ਦਾ ਟਾਈਮ ਸੀਗਾ ਅਤੇ ਆਸਾ ਦੀ ਵਾਰ ਦਾ ਕੀਰਤਨ ਹੋ ਰਿਹਾ ਸੀਗਾ। ਅਤੇ ਅਚਾਨਕ ਹੀ 22 ਧਾਰ ਦੇ ਰਾਜਿਆਂ ਨੇ ਅਤੇ ਮੁਗਲਾਂ ਨੇ ਖਾਧੀਆਂ ਹੋਈਆਂ ਕਸਮਾਂ ਤੋੜ ਕੇ ਮਹਾਰਾਜ ਉੱਤੇ ਹੱਲਾ ਬੋਲ ਦਿੱਤਾ ਸੀਗਾ। ਅਤੇ ਇਸ ਜਗ੍ਹਾ 'ਤੇ ਇੱਕ ਘੋਰ ਯੁੱਧ ਹੋਇਆ ਸੀਗਾ, ਜਿਨ੍ਹਾਂ ਦੇ ਵਿੱਚ ਭਾਈ ਉਦੇ ਸਿੰਘ ਅਤੇ ਅਨੇਕ ਸਿੰਘ ਸ਼ਹੀਦੀਆਂ ਪਾ ਗਏ ਸੀਗੇ। ਸੋ ਦੋਸਤੋ ਜਿਨ੍ਹਾਂ ਦੀਆਂ ਨਿਸ਼ਾਨੀਆਂ ਕੁਛ ਇਸ ਦਰਬਾਰ ਦੇ ਵਿੱਚ ਪਈਆਂ ਹੋਈਆਂ ਨੇ, ਜੋ ਕਿ ਉੱਤੇ ਜਦੋਂ ਆਪਾਂ ਮਹਾਰਾਜ ਜੀ ਦੇ ਦਰਬਾਰ ਦੇ ਵਿੱਚ ਜਾਵਾਂਗੇ ਅਤੇ ਉੱਥੇ ਤੁਹਾਨੂੰ ਉਹਨਾਂ ਦੇ ਵੀ ਦਰਸ਼ਨ ਕਰਵਾਵਾਂਗੇ। ਸੋ ਦੋਸਤੋ ਇਸ ਘੋਰ ਯੁੱਧ ਦੇ ਵਿੱਚ ਇੱਥੇ ਮਹਾਰਾਜ ਜੀ ਦੇ ਪਰਿਵਾਰ ਦਾ ਸਦੀਵੀ ਵਿਛੋੜਾ ਪੈ ਗਿਆ ਸੀਗਾ। ਉਸ ਤੋਂ ਬਾਅਦ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦੇ ਅਲੱਗ ਹੋ ਗਏ ਸੀਗੇ ਅਤੇ ਵੱਡੇ ਸਾਹਿਬਜ਼ਾਦੇ ਅਤੇ ਮਹਾਰਾਜ ਅਤੇ ਬਾਕੀ ਸਿੰਘ ਹੋਰ ਦਿਸ਼ਾ ਵੱਲ ਚਲੇ ਗਏ ਸੀਗੇ। ਸੋ ਦੋਸਤੋ ਇਹ ਸਭ ਹੋਇਆ ਸੀਗਾ ਸਰਸਾ ਨਦੀ ਦੇ ਵਿੱਚ ਪਾਣੀ ਜ਼ਿਆਦਾ ਆਉਣ ਦੇ ਕਾਰਨ। ਬਾਕੀ ਜਿਹੜੇ ਵੀਰ ਭੈਣ ਇਤਿਹਾਸ ਤੋਂ ਜਾਣਕਾਰ ਨੇ, ਉਹਨਾਂ ਨੂੰ ਬੇਨਤੀ ਹੈ ਕਿ ਇਹ ਵੀਡੀਓ ਆਪਣੀ ਫੈਮਿਲੀ ਨਾਲ, ਆਪਣੇ ਬੱਚਿਆਂ ਨਾਲ ਅਤੇ ਆਪਣੇ ਰਿਸ਼ਤੇਦਾਰਾਂ ਜ਼ਰੂਰ ਸ਼ੇਅਰ ਕਰੋ, ਤਾਂ ਕਿ ਉਹਨਾਂ ਨੂੰ ਵੀ ਇਤਿਹਾਸ ਦਾ ਪਤਾ ਲੱਗ ਸਕੇ, ਇਤਿਹਾਸ ਦੀ ਜਾਣਕਾਰੀ ਉਹਨਾਂ ਨੂੰ ਮਿਲ ਸਕੇ। ਸੋ ਦੋਸਤੋ ਇਹ ਨੇ ਉਹ ਸਮਾਨ ਜੋ ਇਸ ਸਥਾਨ ਤੋਂ ਮਿਲੇ ਸੀਗੇ। ਯੁੱਧ ਦੇ ਸਮੇਂ ਮਹਾਰਾਜ ਜੀ ਦਾ ਖੰਡਾ ਹੈ, ਇੱਕ ਗੜਵਾ ਹੈ ਅਤੇ ਇੱਕ ਕਿਰਪਾਨ ਹੈ। ਸੋ ਦੋਸਤੋ ਇਹ ਸਥਾਨ ਬਹੁਤ ਹੀ ਖੂਬਸੂਰਤ ਹੈ। ਮਹਾਰਾਜ ਦੇ ਦਰਸ਼ਨਾਂ ਵਾਸਤੇ ਅਗਰ ਤੁਸੀਂ ਜਾਂਦੇ ਹੋ ਕੇਸਗੜ੍ਹ ਸਾਹਿਬ, ਤਾਂ ਇਸ ਸਥਾਨ 'ਤੇ ਜ਼ਰੂਰ ਮੱਥਾ ਟੇਕ ਕੇ ਆਉਣਾ ਅਤੇ ਚੈਨਲ ਸਾਡੇ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਅਤੇ ਆਪਣੇ ਯਾਰਾਂ ਦੋਸਤਾਂ ਮਿੱਤਰਾਂ ਨਾਲ, ਭੈਣਾਂ ਨਾਲ, ਸਾਰੀ ਫੈਮਿਲੀ ਨਾਲ ਇਸ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਨਾ। ਸਾਡਾ ਇਹ ਸਫ਼ਰ ਸ਼੍ਰੀ ਫਤਿਹਗੜ੍ਹ ਸਾਹਿਬ ਜਾ ਕੇ ਸਮਾਪਤ ਹੋਵੇਗਾ। ਰਸਤੇ ਦੇ ਵਿੱਚ ਜਿਹੜੇ ਜਿਹੜੇ ਵੀ ਗੁਰਦੁਆਰਾ ਸਾਹਿਬ ਆਉਣਗੇ, ਉਹਨਾਂ ਦੇ ਅਸੀਂ ਤੁਹਾਨੂੰ ਦਰਸ਼ਨ ਕਰਾਵਾਂਗੇ ਅਤੇ ਨਾਲ ਨਾਲ ਇਤਿਹਾਸ ਦੱਸਾਂਗੇ। ਸੋ ਦੋਸਤੋ ਇਸ ਵੀਡੀਓ ਨੂੰ ਆਪਣੀ ਫੈਮਿਲੀ ਨਾਲ ਜ਼ਰੂਰ ਸ਼ੇਅਰ ਕਰਨਾ ਅਤੇ ਇੱਕ ਲਾਈਕ ਸਾਡੀ ਵੀਡੀਓ ਨੂੰ ਜ਼ਰੂਰ ਕਰ ਦੇਣਾ। ਧੰਨਵਾਦ ਦੋਸਤੋ। ਸਤਿ ਸੰਗਤ ਜੀ, ਗੁਰਦੁਆਰਾ ਪਰਿਵਾਰ ਵਿਛੋੜਾ ਤੋਂ ਤਕਰੀਬਨ 1-1.5 ਕਿਲੋਮੀਟਰ ਤੋਂ ਅੱਗੇ ਆਣ ਕੇ ਅਸੀਂ ਰੁਕੇ ਹਾਂ ਸਰਸਾ ਨਦੀ ਨੂੰ ਦੇਖਣ ਵਾਸਤੇ। ਸੋ ਦੋਸਤੋ ਇਹ ਜੋ ਪਾਣੀ ਤੁਸੀਂ ਦੇਖ ਰਹੇ ਹੋ, ਇਹ ਪਾਣੀ ਇਨਸਾਨਾਂ ਨੇ ਆਪਣੀ ਲੋੜ ਦੇ ਮੁਤਾਬਕ ਇਸ ਨੂੰ ਮੋੜ ਲਿਆ ਹੈ। ਪਹਿਲਾਂ ਇਹ ਪਾਣੀ ਥੱਲਿਓਂ ਸਰਸਾ ਨਦੀ ਦੇ ਵਿੱਚੋਂ ਕਿਸੇ ਟਾਈਮ ਸ਼ਾਇਦ ਵਗਦਾ ਹੋਊਗਾ। ਇਹ ਦੋਸਤੋ ਉਹ ਸਰਸਾ ਨਦੀ ਹੈ ਜਿਸ ਨੂੰ ਪਾਰ ਕਰਦੇ ਸਮੇਂ ਮਹਾਰਾਜ ਜੀ ਦਾ ਪਰਿਵਾਰ ਖੇੜੂ ਖੇੜੂ ਹੋ ਗਿਆ ਸੀਗਾ। ਇਸ ਕਰਕੇ ਇਹ ਨਦੀ ਅੱਜ ਵੀ ਸੁੱਕੀ ਹੋਈ ਹੈ। ਸੋ ਦੋਸਤੋ ਹੁਣ ਅਸੀਂ ਜਾ ਰਹੇ ਹਾਂ ਅਗਲੇ ਗੁਰੂ ਘਰ ਦੇ ਵਿੱਚ ਅਤੇ ਉੱਥੇ ਜਾ ਕੇ ਤੁਹਾਨੂੰ ਦਰਸ਼ਨ ਕਰਵਾਉਂਦੇ ਹਾਂ।